ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਪਰਮਿੰਦਰਜੀਤ ਸਿੰਘ ਅੱਜ ਦਾ ਜੋ ਵਿਸ਼ਾ ਤੁਹਾਡੇ ਲਈ ਲੈ ਕੇ ਆਇਆ ਹਾਂ ਉਹ ਵਿਸ਼ਾ ਇਹ ਹੈ ਕਿ ਜੇਕਰ ਤੁਹਾਨੂੰ ਕੋਈ ਛੱਡ ਜਾਵੇ ਜਾਂ ਤੁਹਾਡੇ ਨਾਲ ਕੋਈ ਧੋਖਾ ਕਰ ਜਾਵੇ ਤਾਂ ਉੱਥੇ ਤੁਸੀਂ ਕੀ ਕਰਨਾ ਹੈ। ਸੋ ਦੋਸਤੋ, ਜੋ ਅੱਜ ਦੀ ਨੌਜਵਾਨ ਪੀੜ੍ਹੀ ਹੈ ਬਹੁਤ ਜ਼ਿਆਦਾ ਸੈਂਸਿਟਿਵ ਹੈ, ਬਹੁਤ ਜ਼ਿਆਦਾ ਭਾਵਨਾਤਮਕ ਤੌਰ 'ਤੇ ਆਪਣੇ ਆਪ ਦੇ ਵਿੱਚ ਕਮਜ਼ੋਰ ਹੋ ਚੁੱਕੀ ਹੈ ਕਿ ਅਗਰ ਉਹਨਾਂ ਨਾਲ ਕੋਈ ਐਕਸੀਡੈਂਟ ਹੋ ਜਾਵੇ, ਕੋਈ ਘਟਨਾ ਹੋ ਜਾਵੇ ਜਾਂ ਤੁਹਾਡੇ ਉਹਨਾਂ ਦੀ ਕੋਈ ਫੀਲਿੰਗ ਨੂੰ ਹਰਟ ਕਰ ਜਾਵੇ ਤਾਂ ਉਹ ਬਹੁਤ ਜ਼ਿਆਦਾ ਨਕਾਰਾਤਮਕ ਹੋ ਜਾਂਦੇ ਹਨ, ਬਹੁਤ ਜ਼ਿਆਦਾ ਸੈਡਨੈਸ ਦੇ ਚਲੇ ਜਾਂਦੇ ਹਨ। ਅਤੇ ਕਈ ਤਾਂ ਇਸ ਤਰ੍ਹਾਂ ਦੇ ਦੋਸਤ ਮਿੱਤਰ ਵੀ ਹਨ ਜੋ ਆਪਣੇ ਆਪ ਨੂੰ ਖਤਮ ਕਰਨ ਤੱਕ ਦੀ ਗੱਲ ਕਰਦੇ ਹਨ। ਸੋ ਦੋਸਤੋ, ਜ਼ਿੰਦਗੀ ਦੇ ਵਿੱਚ ਇੱਕ ਚੀਜ਼ ਨੂੰ ਸਦਾ ਬਣਾ ਕੇ ਰੱਖਣਾ, ਅਗਰ ਤੁਸੀਂ ਚੰਗੇ ਹੋ ਤਾਂ ਤੁਹਾਨੂੰ ਚੰਗੇ ਹੀ ਮਿਲਣਗੇ। ਅਗਰ ਤੁਹਾਡੇ ਮਨ ਦੇ ਵਿੱਚ ਕਿਤੇ ਨਾ ਕਿਤੇ ਕਿਸੇ ਦੇ ਪ੍ਰਤੀ ਕੋਈ ਨਫ਼ਰਤ ਹੈ, ਕੋਈ ਜ਼ਹਿਰ ਹੈ ਤਾਂ ਤੁਹਾਨੂੰ ਵੀ ਉਸੇ ਤਰ੍ਹਾਂ ਦੇ ਹੀ ਲੋਕ ਮਿਲਣਗੇ। ਇਸ ਗੱਲ ਨੂੰ ਜ਼ਿੰਦਗੀ ਦੇ ਵਿੱਚ ਸਦਾ ਆਪਣੇ ਯਾਦ ਰੱਖਣਾ, ਕਿਉਂਕਿ ਤੁਹਾਡੀ ਚੇਤਨਾ ਤੁਹਾਨੂੰ ਉਹੀ ਦੇਵੇਗੀ ਜੋ ਤੁਸੀਂ ਹੋ, ਜੋ ਤੁਹਾਡੇ ਅੰਦਰ ਹੈ ਬਾਹਰ ਵੀ ਤੁਹਾਡੇ ਉਹੀ ਉਪਜੇਗਾ, ਉਹੀ ਤੁਹਾਨੂੰ ਪ੍ਰਾਪਤ ਹੋਵੇਗਾ। ਸੋ ਆਪਣੇ ਆਪ ਨੂੰ ਸਕਾਰਾਤਮਕ ਰੱਖੋ ਅਤੇ ਆਪਣੀ ਚੇਤਨਾ 'ਚ ਖੁਸ਼ੀਆਂ ਹਾਸੇ ਬਣਾਈ ਰੱਖੋ ਅਤੇ ਸਭ ਦਾ ਭਲਾ ਮੰਗੋ, ਪਿਆਰ ਦਿਓ, ਇੱਜ਼ਤ ਦਿਓ। ਜਿਸ ਤਰ੍ਹਾਂ ਦਾ ਤੁਸੀਂ ਆਪਣੀ ਅਵਸਥਾ ਨੂੰ ਬਣਾ ਕੇ ਰੱਖੋਗੇ ਉਸ ਤਰ੍ਹਾਂ ਦੀ ਤੁਹਾਡੀ ਜ਼ਿੰਦਗੀ 'ਚ ਲੋਕ ਆਉਣ ਲੱਗ ਜਾਣਗੇ। ਹੁਣ ਆਪਾਂ ਆਉਣੇ ਹਾਂ ਮੁੱਖ ਵਿਸ਼ੇ 'ਤੇ। ਅਗਰ ਤੁਹਾਨੂੰ ਕੋਈ ਛੱਡ ਜਾਵੇ, ਕੋਈ ਧੋਖਾ ਦੇ ਜਾਵੇ ਤਾਂ ਉਸ ਦੇ ਲਈ ਤੁਸੀਂ ਰੋਣਾ ਨਹੀਂ, ਆਪਣੇ ਆਪ ਨੂੰ ਦੁਬਾਰਾ ਤੋਂ ਖੜ੍ਹੇ ਕਰਨਾ ਅਤੇ ਆਪਣੀ ਚੇਤਨਾ ਦੇ 'ਚ ਇੱਕੋ ਗੱਲ ਨੂੰ ਬਿਠਾ ਲੈਣਾ ਹੈ ਕਿ ਜ਼ਿੰਦਗੀ ਦੇ 'ਚ ਅੱਗੇ ਵਧਣਾ ਹੀ ਜ਼ਿੰਦਗੀ ਹੈ। ਰੁਕ ਕੇ ਕਿਸੇ ਦੇ ਲਈ ਬੈਠ ਕੇ ਰੋਣਾ ਜ਼ਿੰਦਗੀ ਨਹੀਂ, ਕਿਸੇ ਦੇ ਇੰਤਜ਼ਾਰ ਕਰਨਾ ਜ਼ਿੰਦਗੀ ਨਹੀਂ, ਕਿਉਂਕਿ ਲੰਘਣ ਵਾਲੇ ਲੰਘ ਜਾਂਦੇ ਨੇ ਮਗਰ ਇਕੱਲਿਆਂ ਬੈਠਿਆਂ ਕੁਝ ਨਹੀਂ ਬਚਦਾ ਸਿਰਫ ਪਛਤਾਵਿਆਂ ਤੋਂ ਬਿਨਾਂ। ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਪਛਤਾਵਾ ਨਾ ਕਰਨਾ ਪਵੇ, ਤੁਹਾਨੂੰ ਦੁੱਖ ਨਾ ਮਿਲਣ, ਤੁਸੀਂ ਜ਼ਿੰਦਗੀ 'ਚ ਅੱਗੇ ਵਧੋ ਤਾਂ ਆਪਣੇ ਮਨ ਦੇ 'ਚ ਕਦੇ ਵੀ ਉਦਾਸੀ ਨੂੰ ਨਾ ਪ੍ਰਵੇਸ਼ ਹੋਣ ਦਿਓ। ਅਗਰ ਕੋਈ ਤੁਹਾਨੂੰ ਛੱਡ ਜਾਂਦਾ ਹੈ ਤਾਂ ਉਸਨੂੰ ਮੂਵ ਆਊਟ ਕਰ ਦਿਓ, ਉਸਨੂੰ ਜ਼ਿੰਦਗੀ 'ਚੋਂ ਕੱਢ ਦਿਓ ਅਤੇ ਇੱਕ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰੋ ਅਤੇ ਖੁਸ਼ੀਆਂ ਦਾ ਪੱਲਾ ਫੜ ਕੇ ਅੱਗੇ ਵਧੋ ਅਤੇ ਆਪਣੇ ਸੁਪਨਿਆਂ ਦੇ ਉੱਤੇ ਆਪਣੇ ਧਿਆਨ ਨੂੰ ਲਗਾ ਦੇਵੋ ਜੋ ਤੁਸੀਂ ਜ਼ਿੰਦਗੀ 'ਚ ਪ੍ਰਾਪਤ ਕਰਨਾ ਚਾਹੁੰਦੇ ਹੋ। ਜੇਕਰ ਤੁਹਾਨੂੰ ਅੱਜ ਕਿਸੇ ਨੇ ਧੋਖਾ ਦਿੱਤਾ ਹੈ ਤਾਂ ਤੁਸੀਂ ਕਿਤੇ ਨਾ ਕਿਤੇ ਕਿਸੇ ਨੂੰ ਕਦੇ ਧੋਖਾ ਦਿੱਤਾ ਹੋਵੇਗਾ ਅਤੇ ਜਿਸ ਨੇ ਤੁਹਾਨੂੰ ਧੋਖਾ ਦਿੱਤਾ ਹੈ ਉਸ ਨੂੰ ਵੀ ਧੋਖਾ ਮਿਲ ਸਕਦਾ ਹੈ। ਅਗਰ ਤੁਸੀਂ ਪਹਿਲਾਂ ਕਦੇ ਕਿਸੇ ਨੂੰ ਧੋਖਾ ਨਹੀਂ ਦਿੱਤਾ ਤਾਂ ਜੇਕਰ ਤੁਸੀਂ ਕਿਸੇ ਨੂੰ ਧੋਖਾ ਦਿੱਤਾ ਹੈ ਤਾਂ ਤੁਹਾਨੂੰ ਧੋਖਾ ਮਿਲਿਆ ਹੈ। ਅਗਰ ਤੁਸੀਂ ਕਿਸੇ ਨੂੰ ਧੋਖਾ ਨਹੀਂ ਦਿੱਤਾ ਪਰ ਤੁਹਾਡੇ ਨਾਲ ਕੋਈ ਧੋਖਾ ਕਰ ਗਿਆ ਹੈ ਤਾਂ ਉਸ ਨੂੰ ਵੀ ਅੱਗੇ ਧੋਖਾ ਮਿਲੇਗਾ। ਇਹ ਕਰਮ ਸਿਧਾਂਤ ਹੈ, ਕਰਮ ਸਿਧਾਂਤ ਦੇ ਵਿੱਚ ਇਹ ਗੱਲਾਂ ਸੱਚ ਹਨ ਅਤੇ ਇਹ ਲਾਗੂ ਹੁੰਦੀਆਂ ਕਿਉਂਕਿ ਇਹ ਇੱਕ ਕਾਨੂੰਨ ਹੈ ਬ੍ਰਹਿਮੰਡ ਦਾ। ਸੋ ਅਗਰ ਤੁਹਾਨੂੰ ਤੁਹਾਡੇ ਨਾਲ ਧੋਖਾ ਹੋਇਆ ਹੈ, ਤੁਹਾਨੂੰ ਕੋਈ ਛੱਡ ਗਿਆ ਹੈ ਜਾਂ ਤੁਹਾਡੇ ਕਾਰੋਬਾਰ 'ਚ ਤੁਹਾਡੇ ਨਾਲ ਧੋਖਾ ਕਰ ਗਿਆ ਹੈ ਤਾਂ ਤੁਸੀਂ ਸਾਰੇ ਮਨੁੱਖ ਜਾਤੀ ਨੂੰ ਮਾੜਾ ਨਹੀਂ ਕਹਿਣਾ, ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ। ਸੋ ਆਪਣੇ ਆਪ ਦੇ ਵਿੱਚ ਸਕਾਰਾਤਮਕ ਰਹੋ ਅਤੇ ਅੱਗੇ ਵਧੋ। ਜੇ ਤੁਸੀਂ ਇਸ ਚੀਜ਼ ਨੂੰ ਆਪਣੀ ਜ਼ਿੰਦਗੀ 'ਚੋਂ ਨਹੀਂ ਕੱਢ ਪਾ ਰਹੇ ਤਾਂ ਤੁਸੀਂ ਆਪਣੇ ਆਪ ਨੂੰ ਕਿਸੇ ਵਧੀਆ ਮੋਟੀਵੇਸ਼ਨਲ ਟ੍ਰੇਨਰ ਦੇ ਕੋਲੋਂ ਆਪਣੇ ਟ੍ਰੇਨਿੰਗ ਲੈ ਸਕਦੇ ਹੋ ਜੋ ਤੁਹਾਡੇ ਵਿਚਾਰਾਂ ਨੂੰ ਰਿਮੂਵ ਕਰ ਸਕੇ। ਤੁਸੀਂ ਆਪਣੇ ਆਪ ਨਾਲ ਬੈਠ ਕੇ ਇਹ ਵਿਚਾਰ ਕਰਨਾ ਕਿ ਜੋ ਇਨਸਾਨ ਤੁਹਾਡੇ ਨਾਲ ਧੋਖਾ ਕਰ ਗਿਆ ਹੈ ਉਸ ਲਈ ਤੁਸੀਂ ਪਛਤਾਵੇ ਵਿੱਚ ਹੋ, ਦੁੱਖ ਵਿੱਚ ਹੋ, ਤਕਲੀਫ ਵਿੱਚ ਹੋ, ਤਾਂ ਤੁਸੀਂ ਕਿਉਂ ਹੋ? ਆਪਣੇ ਆਪ ਨੂੰ ਸਵਾਲ ਕਰਨਾ। ਅਗਰ ਤੁਹਾਨੂੰ ਦੁੱਖ ਵਿੱਚ ਰਹਿਣ ਦੇ ਨਾਲ, ਤਕਲੀਫ ਵਿੱਚ ਰਹਿਣ ਦੇ ਨਾਲ, ਰੋਣ ਦੇ ਨਾਲ ਤੁਹਾਨੂੰ ਕੋਈ ਰਾਹਤ ਮਿਲਦੀ ਹੈ ਤਾਂ ਤੁਸੀਂ ਦੁੱਖ ਵਿੱਚ ਰਹੋ। ਅਗਰ ਨਹੀਂ ਤੁਹਾਨੂੰ ਕੋਈ ਰਾਹਤ ਮਿਲਦੀ ਤਾਂ ਤੁਸੀਂ ਇਸ ਨੂੰ ਉਸੇ ਵਕਤ ਛੱਡ ਦਿਓ ਅਤੇ
ਅੱਗੇ ਵਧੋ ਕਿਉਂਕਿ ਜ਼ਿੰਦਗੀ ਨੇ ਤੁਹਾਨੂੰ ਉਹੀ ਦੇਣਾ ਹੈ ਜੋ ਤੁਸੀਂ ਉਸ ਤੋਂ ਐਕਸੈਪਟ ਕਰੋਗੇ, ਭਾਵ ਜਿਸ ਤਰ੍ਹਾਂ ਦੀ ਤੁਸੀਂ ਆਪਣੀ ਅਵਸਥਾ ਰੱਖੋਗੇ, ਜਿਸ ਤਰ੍ਹਾਂ ਦਾ ਤੁਸੀਂ ਆਪਣੀ ਮਾਨਸਿਕ ਸਥਿਤੀ ਰੱਖੋਗੇ। ਜੇ ਤੁਸੀਂ ਆਪਣੇ ਮਨ ਨੂੰ ਸਦਾ ਦੁਖੀ ਰੱਖਦੇ ਹੋ, ਚਿੰਤਾ ਵਿੱਚ ਰੱਖਦੇ ਹੋ, ਦੁੱਖ ਵਿੱਚ ਰੱਖਦੇ ਹੋ, ਤਾਂ ਤੁਹਾਡੀ ਜ਼ਿੰਦਗੀ 'ਚ ਚਿੰਤਾਵਾਂ ਹੀ ਵਧਣਗੀਆਂ, ਦੁੱਖ ਹੀ ਵਧਣਗੇ, ਤਕਲੀਫਾਂ ਹੀ ਵਧਣਗੀਆਂ, ਬਿਮਾਰੀਆਂ ਹੀ ਵਧਣਗੀਆਂ। ਜੇਕਰ ਤੁਸੀਂ ਇਸ ਤਰ੍ਹਾਂ ਦੇ ਹਾਲਾਤਾਂ ਵਿੱਚੋਂ ਆਪਣੇ ਆਪ ਨੂੰ ਕੱਢ ਲੈਂਦੇ ਹੋ, ਆਪਣੇ ਮਨ ਨੂੰ ਖੁਸ਼ੀ ਵਿੱਚ ਰੱਖਦੇ ਹੋ, ਜਸ਼ਨ ਵਿੱਚ ਰੱਖਦੇ ਹੋ, ਹਾਸਿਆਂ ਵਿੱਚ ਰੱਖਦੇ ਹੋ, ਇੱਕ ਚੜ੍ਹਦੀ ਕਲਾ ਵਾਲੀ ਅਵਸਥਾ ਦੇ ਵਿੱਚ ਰਹਿੰਦੇ ਹੋ, ਤਾਂ ਤੁਹਾਨੂੰ ਚੜ੍ਹਦੀ ਕਲਾ ਹੀ ਮਿਲੇਗੀ, ਤੁਹਾਨੂੰ ਹਾਸੇ ਹੀ ਮਿਲਣਗੇ, ਤੁਹਾਨੂੰ ਸੁੱਖ ਹੀ ਮਿਲਣਗੇ, ਤੁਹਾਨੂੰ ਕੋਈ ਦੁਖੀ ਕਰ ਹੀ ਨਹੀਂ ਸਕਦਾ, ਕਿਉਂਕਿ ਉਸ ਚੀਜ਼ ਨੂੰ ਤੁਸੀਂ ਆਪਣੀ ਜ਼ਿੰਦਗੀ 'ਚ ਜਗ੍ਹਾ ਨਹੀਂ ਦਿੱਤੀ। ਤੁਹਾਨੂੰ ਤੁਸੀਂ ਦੁਖੀ ਵੀ ਤਦ ਕੋਈ ਕਰਦਾ ਹੈ ਜੇਕਰ ਤੁਸੀਂ ਆਪਣੀ ਜ਼ਿੰਦਗੀ 'ਚ ਦੁੱਖਾਂ ਨੂੰ ਜਗ੍ਹਾ ਦਿੰਦੇ ਹੋ, ਆਪਣੇ ਮਾਨਸਿਕ ਜੋ ਸਥਿਤੀ ਹੈ ਉਸ ਦੀ ਡੋਰ ਕਿਸੇ ਹੋਰ ਦੇ ਹੱਥ ਫੜਾ ਦਿੰਦੇ ਹੋ, ਆਪਣੇ ਫੈਸਲੇ ਡੋਰ ਕਿਸੇ ਦੇ ਹੱਥ ਫੜਾ ਦਿੰਦੇ ਹੋ, ਤਾਂ ਤੁਹਾਨੂੰ ਆਮ ਹੀ ਲੋਕ ਦੁਖੀ ਕਰਨਗੇ। ਸੋ ਆਪਣੇ ਖੁਸ਼ੀਆਂ ਦੀ, ਆਪਣੇ ਹਾਸਿਆਂ ਦੀ, ਆਪਣੀ ਮਾਨਸਿਕ ਅਵਸਥਾ ਦੀ ਡੋਰ ਕਿਸੇ ਦੂਸਰੇ ਪਰਸਨ ਦੇ ਹੱਥ ਕਦੇ ਨਾ ਫੜਾਓ। ਆਪਣੀ ਮਾਨਸਿਕ ਅਵਸਥਾ ਦੇ ਮਾਲਕ ਖੁਦ ਬਣੋ, ਆਪਣੇ ਹਾਸਿਆਂ ਦੇ, ਆਪਣੀ ਖੁਸ਼ੀਆਂ ਦੇ ਮਾਲਕ ਖੁਦ ਬਣੋ। ਇਹ ਨਾ ਕਿਹਾ ਕਰੋ ਕਿ ਕੋਈ ਫਲਾਨਾ ਪਰਸਨ ਆਵੇਗਾ ਤਾਂ ਮੇਰੀ ਜ਼ਿੰਦਗੀ 'ਚ ਖੁਸ਼ੀਆਂ ਆਉਣਗੀਆਂ, ਫਲਾਨਾ ਪਰਸਨ ਮੇਰੇ ਨਾਲ ਗੱਲ ਕਰੇਗਾ ਤਾਂ ਖੁਸ਼ੀਆਂ ਆਉਣਗੀਆਂ। ਖੁਸ਼ੀਆਂ ਦਾ ਕਿਸੇ ਪਰਸਨ ਦੇ ਨਾਲ ਕੋਈ ਸੰਬੰਧ ਨਹੀਂ। ਸੋ ਆਪਣੀ ਜ਼ਿੰਦਗੀ 'ਚ ਅੱਗੇ ਵਧੋ। ਅਗਰ ਤੁਹਾਨੂੰ ਕਿਸੇ ਨੇ ਧੋਖਾ ਦਿੱਤਾ ਹੈ ਤਾਂ ਉਸ ਧੋਖੇ ਤੋਂ ਆਪਣੇ ਆਪ ਨੂੰ ਬਾਹਰ ਕੱਢੋ ਅਤੇ ਖੁਸ਼ ਰਹੋ। ਜ਼ਿੰਦਗੀ ਤੁਹਾਨੂੰ ਹੋਰ ਬਹੁਤ ਕੁਝ ਦੇਵੇਗੀ, ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਐਵੇਂ ਰੁਕ ਕੇ ਕਿਸੇ ਲਈ ਰੋਵੋ ਨਾ, ਕਿਸੇ ਲਈ ਆਪਣੇ ਆਪ ਨੂੰ ਦੁੱਖ ਵਿੱਚ ਨਾ ਲੈ ਕੇ ਜਾਓ। ਮੂਵ ਅਪ ਕਰੋ, ਅੱਗੇ ਵਧੋ, ਹੱਸਦੇ ਰਹੋ, ਵੱਸਦੇ ਰਹੋ। ਇਹੀ ਤੁਹਾਡੇ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ। ਸੋ ਅੱਜ ਦੇ ਲਈ ਇੰਨਾ ਹੀ। ਧੰਨਵਾਦ। ਮਿਲਦੇ ਹਾਂ ਫਿਰ ਕਿਸੇ ਹੋਰ ਵਿਸ਼ੇ ਦੇ ਵਿੱਚ।